सो सतगुर पन पन जिन परम घर तोड़या सो सतगुर पन पन जिन परम घर Oh,
गुरु रामदास जी ਉਹਨਾਂ ਦੇ ਪਿਆਰ ਵਿੱਚ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਜਿਨ੍ਹਾਂ ਨਹੀਂ ਹਾਜ਼ਰੀ ਲਾਈ ਉਹ ਵੀ ਆਖੋ ਸਤਨਾਮ ਇਹ ਤੀਜਾ ਭਾਗ ਸਿੱਖਾਂ ਦੇ ਸਵਾਲ ਸਤਿਗੁਰਾਂ ਦੇ ਜਵਾਬ ਅੱਜ ਕੁਦਰਤੀ ਦਿਨ ਦੀ ਗੁਰਪੁਰਬ ਦਾ ਹੈ ਜਦੋਂ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਬਖਸ਼ਿਸ਼ ਕੀਤੀ ਗੁਰੂ ਰਾਮਦਾਸ ਜੀ ਨੂੰ ਆਪ ਚੋਲਾ ਬਦਲ ਲਿਆ ਆਪਣੀ ਉਮਰ ਵੀ ਦਿੱਤੀ ਇਹ ਇਤਿਹਾਸਕਾਰਾਂ ਨੇ ਲਿਖਿਆ ਗੁਰੂ ਰਾਮਦਾਸ ਜੀ ਨੂੰ ਵਿਛੋੜੇ ਦਾ ਇੰਨਾ ਵੈਰਾਗ ਕਿ ਗੱਦੀ ਤੇ ਬਹਿੰਦੇ ਨਹੀਂ ਦੂਜਾ ਲਿਖਿਆ ਘਰੋਂ ਬਾਹਰ ਨਹੀਂ ਸੀ ਨਿਕਲੇ ਤੀਜਾ ਲਿਖਿਆ ਦੀਵਾਨ ਚ ਨਹੀਂ ਸੀ ਜਾਂਦੇ ਅੰਦਰ ਹੀ ਮਗਨ ਵੈਰਾਗ ਵਿੱਚ ਗੁਰੂ ਰਾਮਦਾਸ ਬਾਬਾ ਮੋਰੀ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਇਹ ਮੋਹੀ ਸਿੱਖਾਂ ਚੋਂ ਸੀ ਬਾਬਾ ਮੋਰੀ ਜੀ ਬਾਬਾ ਬੁੱਢਾ ਸਾਹਿਬ ਜੀ ਤੇ ਕੁਝ ਹੋਰ ਮੁੱਖ ਸਿੱਖ ਅੰਦਰ ਗਏ ਅੰਦਰ ਜਾ ਕੇ ਗੁਰੂ ਰਾਮਦਾਸ ਜੀ ਨੂੰ ਬੇਨਤੀ ਕੀਤੀ ਹੈ ਗੋਇੰਦਵਾਲ ਦਾ ਜ਼ਿਕਰ ਅੰਦਰ ਜਾ ਕੇ ਬੇਨਤੀ ਕੀਤੀ ਮਹਾਰਾਜ ਆਪ ਜੀ ਦਾ ਬਿਰਧ ਹੈ ਜਗਤ ਨੂੰ ਤਾਰਨਾ ਦੂਜੀ ਬੇਨਤੀ ਕੀਤੀ ਮਹਾਰਾਜ ਤੀਜੇ ਪਾਤਸ਼ਾਹ ਨੇ ਇਹ ਜਗਤ ਨੂੰ ਤਾਰਨ ਦੀ ਡਿਊਟੀ ਤੁਹਾਡੇ ਸਪੁਰਦ ਕੀਤੀ ਤੀਜੀ ਬੇਨਤੀ ਕੀਤੀ ਸੰਗਤ ਵਿਆਕਲ ਹੋਈ ਪਈ ਏ ਗੁਰੂ ਰਾਮਦਾਸ ਜੀ ਤੁਹਾਡੇ ਦਰਸ਼ਨ ਮੰਗਦੀ ਸੰਗਤ ਵਿਆਕਲ ਹੈ ਦਰਸ਼ਨ ਚੌਥੀ ਬੇਨਤੀ ਕੀਤੀ ਗੁਰੂ ਰਾਮਦਾਸ ਜੀ ਹੁਣ ਤੀਜੇ ਪਾਤਸ਼ਾਹ ਤੋਂ ਬਾਅਦ ਸੰਗਤਾਂ ਆਪ ਜੀ ਤੋਂ ਅਗਵਾਈ ਮੰਗਦੀਆਂ ਨੇ ਪੰਜਵੀਂ ਬੇਨਤੀ ਬੜੀ ਡਾਢੀ ਉਹਨੇ ਮਨਾ ਲਿਆ ਗੁਰੂ ਨੇ ਭਾਈ ਮੋਹਰੀ ਜੀ ਬਾਬਾ ਬੁੱਢਾ ਜੀ ਮੁਖੀ ਸਿੱਖਾਂ ਪੰਜਵੀਂ ਬੇਨਤੀ ਕੀਤੀ ਚੌਥੇ ਪਾਤਸ਼ਾਹ ਜਿਸ ਗੁਰੂ ਦੇ ਪ੍ਰੇਮ ਤੇ ਵੈਰਾਗ ਵਿੱਚ ਗੁਰੂ ਅਮਰਦਾਸ ਜੀ ਦੇ ਪਿਆਰ ਵੈਰਾਗ ਵਿੱਚ ਤੁਸੀਂ ਅੰਦਰ ਬੈਠੇ ਹੋ ਪੰਜਵੀਂ ਬੇਨਤੀ ਬਹੁਤ ਡਾਢੀ ਪਿਆਰ ਵਿੱਚ ਤਿੰਨ ਚਾਰ ਦਿਨ ਹੋਏ ਭਾਈ ਪਿੰਦਰਪਾਲ ਸਿੰਘ ਜੀ ਵੀ ਬਚਨ ਸੁਣਾ ਰਹੇ ਸੀ ਕਿ ਜਦੋਂ ਦਰਬਾਰ ਸਾਹਿਬ ਦੀ ਖੁਦਾਈ ਹੋ ਰਹੀ ਸੀ ਨਾ ਸਰੋਵਰ ਦੀ ਉਹ ਸਾਰੀ ਸੇਵਾ ਦੌਰਾਨ ਗੁਰੂ ਰਾਮਦਾਸ ਜੀ ਦੀਆਂ ਅੱਖਾਂ ਆਪਣੇ ਮੁਰਸ਼ਦ ਗੁਰੂ ਅਮਰਦਾਸ ਦੇ ਵੈਰਾਗ ਚ ਹੀ ਰਹਿੰਦੀ ਭੇਜੀਆਂ ਰਹਿੰਦੀਆਂ ਐਵੇਂ ਨਹੀਂ ਜਾਇਜਾ ਕਰਾਂ ਆਖੋ ਸਾਥਣਾ ਐਵੇਂ ਨਹੀਂ ਸ੍ਰਿਸ਼ਟੀ ਚੋਂ ਵੱਡੀ ਸੱਚ ਸੀ ਅੰਦਰ ਪਿਆਰ ਸੀ ਇਹ ਮਹਾਰਾਜ ਦੀ ਆਪਣੀ ਬੋਲ ਨੇ ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹਿ ਚੱਲੇ ਜੀ ਆ ਜਿਹੜੀ ਪੰਜਵੀਂ ਬੇਨਤੀ ਗੋਇੰਦਵਾਲ ਸਾਹਿਬ ਗੁਰਗੱਦੀ ਮਿਲਣ ਤੋਂ ਬਾਅਦ ਕੀਤੀ ਗੁਰੂ ਰਾਮਦਾਸ ਜੀ ਜਿਸ ਗੁਰੂ ਦੇ ਪ੍ਰੇਮ ਵਿੱਚ ਤੁਸੀਂ ਅੰਦਰ ਬੈਠੇ ਹੋ
جیڑیاں سنگتاں بار ویاکل نے او بھی اسے گرو دیاں سنگتاں نے کرپا کرو درشن دے مارا شیر بار آئے تے کہندے جدو گدی تے بیٹھن لگے نا گدی تے بیٹھن لگے تے گرو رام داس جی پھر وراغ چھڑ پیا آکو ساتھ نہیں پھر وراغ چھڑ پیا یہ گدی جتھے میرا مرشد بیٹھتا یہ وہ گدی جتھے گرو امرداس جی بیٹھتے سی ساری سنگت وال ویکھ کے کہندے اے او سنگتاں جدے وچ میں بھی بہ کے سیوا کردا سی آکو ساتھ او سنگت جس وچ میں بیٹھ کیویں بیٹھا میں بینتی کیتی سنگت مہاراج پھر وراجمان ہوئے دیوانا دی سنگت دیا بینتی دی سنگت دے ترلے سنگت دی اگوائی او پھر شروعات ہو گئی آج او سنگت وچ بینتی کرن کیڑے سکھ آئے اپنا ہن پرکرن چل رہا سکھاں دے سوال ستگوراں دے جواب یہ تیجا پا گیا او سیوا لینی یہ سات سکھ نے جڑے آئے جی پتا جی گرو رام داس جی انہاں کیڑے کیڑے کوشچن کیتے میرا دل کردا وی جڑا پہلا سین سنیا تسی پتا جی نو بابا بڈھا صاحب والا موری جی اور سکھ بینتی کر کے جہے پیارے دے وراغ چی سنگتاں درشن منگدی ہیں ایک باری ذرا پڑھ لو پیار سکھا پریم بٹھا لیا چوتھے پریم بٹھا لیا چوتھے پات داتا منڈو سنگ دانو سکھا پریم پیار ہوئے گا بابا بڈھا صاحب سکھا گرو نو منا لیا مہاراج داتا منڈو سنگتاں نو آکھو ساتاں سواں کٹے داتا منڈو دنیا نو داتا منڈو جگت نو سکھاں پریم چ بٹھا لیا چوتھے پاتشاہ آکھو ساتاں مہاراج
ਨੇ ਬੈਠ ਕੇ ਗੱਦੀ ਤੇ ਲਾਤਾਂ ਉਹ ਫਿਰ ਆਵਾਜਾਈ ਸ਼ੁਰੂ ਹੋ ਗਈ ਸੱਤ ਸਿੱਖ ਲਿਖੇ ਸੱਤ ਸਿੱਖ ਆਏ ਭਾਈ ਧਰਮਦਾਸ ਭਾਈ ਡੂੰਗਰਦਾਸ ਭਾਈ ਦੀਪ ਭਾਈ ਜੇਠਾ ਭਾਈ ਤੀਰਥਾ ਭਾਈ ਭੁੱਲਾ ਭਾਈ ਸੰਸਾਰੂ ਆਖੋ ਸਤਨਾਮ ਇਹ ਸੱਤ ਸਿੱਖ ਆਏ ਸੂਰਜ ਪ੍ਰਕਾਸ਼ ਦੀਆਂ ਜਿਹੜੀ ਪਹਿਲੇ ਸੁਣੀ ਉਹ ਧਾਰਨਾ ਸੀ ਹੁਣ ਜਿਹੜੀ ਬੋਲਾਂਗੇ ਇਹ ਸੂਰਜ ਪ੍ਰਕਾਸ਼ ਇਤਿਹਾਸਕ ਗ੍ਰੰਥ ਦੀਆਂ ਪੰਕਤੀਆਂ ਇੱਕ ਵਾਰੀ ਵੀਰ ਬੋਲੋ ਇੱਕ ਵਾਰੀ ਭੈਣਾਂ ਬੋਲੋ ਜੀ ਸ੍ਰੀ ਗੁਰੂ ਰਾਮਦਾਸ ਜਿਸ ਥਾਂ ਬੈਠੇ ਸੀ ਸ੍ਰੀ ਗੁਰੂ ਰਾਮ ਸ੍ਰੀ ਗੁਰੂ ਰਾਮਦਾਸ ਜਿਸ ਥਾਂ ਮਿਲ ਕਰ ਸੰਮਤ ਸਿੱਖ ਕੇ ਆਏ ਸੰਮਤ ਕਹਿ ਸਤਾਂ ਨੂੰ ਇਹ ਸੱਤ ਸਿੱਖ ਆਏ ਆ ਕੇ ਕਹਿੰਦੇ ਸਤਿਗੁਰੂ ਕੁਝ ਸੰਸੇ ਨੇ ਸਵਾਲ ਨੇ ਇਹ ਜਿਹੜਾ ਵਿਸ਼ਾ ਗੁਰੂ ਨੇ ਸ਼ੁਰੂ ਕਰਾਇਆ ਨਾ ਸਵਾਲ ਸਿੱਖਾਂ ਦੇ ਜਵਾਬ ਸਿੱਧੀ ਸੜਕ ਕੋਈ ਇੱਧਰ ਉੱਧਰ ਜਾਣ ਦੀ ਲੋੜ ਹੀ ਸਿੱਧੀ ਠਾ ਸੜਕ ਕੇ ਆਹ ਮੇਰਾ ਗੁਰੂ ਸੜਕ ਦੇ ਇਹ ਯਤਨ ਕਰਾਂਗੇ ਤਿੰਨ ਸਵਾਲ ਨੇ ਇਹਨਾਂ ਦੇ ਅੱਜ ਦੇ ਦੀਵਾਨ 'ਚ ਤਿੰਨੇ ਸਵਾਲ ਸਾਂਝੇ ਹੋ ਜਾਣ ਇਹਨਾਂ ਨੇ ਪਹਿਲਾ ਸਵਾਲ ਕੀਤਾ ਗੁਰੂ ਰਾਮਦਾਸ ਜੀ ਨੂੰ ਸੱਤਾਂ ਸਿੱਖਾਂ ਨੇ ਉਹ ਬਚਨ ਸੁਣਿਓ ਸੂਰਜ ਪ੍ਰਕਾਸ਼ ਦੇ ਸੱਤੇ ਸਿੱਖ ਕਹਿੰਦੇ ਗੁਰੂ ਰਾਮਦਾਸ ਜੀ ਸ਼ਰਨ ਆਏ ਆ ਇਹ ਪਹਿਲਾ ਸਵਾਲ ਗੁਰੂ ਰਾਮਦਾਸ ਜੀ ਸ਼ਰਨ ਆਏ ਆ ਸਾਡਾ ਉਧਾਰ ਕਿਵੇਂ ਹੋਵੇ ਆਖੋ ਸਤਨਾਮ ਇਸੇ ਜਨਮ ਵਿੱਚ ਉਧਾਰ ਕਿਵੇਂ ਹੋਵੇ ਆ ਪਹਿਲਾ ਸਵਾਲ ਸਿੱਖਾਂ ਦਾ ਗੁਰੂ ਰਾਮਦਾਸ ਜੀ ਨੇ ਜਵਾਬ ਕੀ ਦਿੱਤਾ ਜੀ ਮੇਰੀ ਬੇਨਤੀ ਅੱਜ ਝੋਲੀਆਂ ਵਿੱਚ ਪਵਾ ਕੇ ਜਾਇਓ ਸੂਰਜ ਪ੍ਰਕਾਸ਼ ਲਿਖਿਆ ਗੁਰੂ ਰਾਮਦਾਸ ਜੀ ਨੇ ਕੀ ਜਵਾਬ ਦਿੱਤਾ ਰਾਮਦਾਸ ਸਤਿਗੁਰੂ ਪੁਜਾਰਾ ਰਾਮਦਾਸ ਸਤਿਗੁਰੂ ਪੁਜਾਰਾ ਉਚਾਰਾ ਰਾਮਦਾਸ ਸਤਿਗੁਰੂ ਉਚਾਰਾ ਰਾਮਦਾਸ ਸਤਿਗੁਰੂ ਉਚਾਰਾ ਹੁਣ ਪੱਲੇ ਬਣਿਆ ਜੀ ਸਿੱਧੀ ਸੜਕ ਹੈ ਸ਼ਰਨ ਆਏ ਆ ਸਾਡਾ ਉਧਾਰ ਕਿਵੇਂ ਹੋ ਮਹਾਰਾਜ ਪ੍ਰਸ਼ਨ ਹੈ ਇਸੇ ਜਨਮ ਚ ਉਧਾਰ ਮਹਾਰਾਜ ਨੇ ਜਵਾਬ ਦਿੱਤਾ ਰਾਮਦਾਸ ਸਤਿਗੁਰੂ ਉਚਾਰਾ ਪ੍ਰਥਮ ਦਾ ਸਾਰੇ ਅਰਥ ਸਮਝਦੇ ਹੋ ਸਭ ਤੋਂ ਪਹਿਲਾਂ ਰਾਮਦਾਸ ਸਤਿਗੁਰੂ ਉਚਾਰਾ ਪ੍ਰਥਮ ਤਜੋ ਮਨ ਕੋ ਹੰਕਾਰਾ ਆਪੋ ਸਾਧਨ ਜਿਹੜਾ ਮੁਕਤੀ ਚਾਹੁੰਦਾ ਜਿਹੜਾ ਉਧਾਰ ਚਾਹੁੰਦਾ ਜਿਹੜਾ ਚਾਹੁੰਦਾ ਮੇਰਾ ਜਨਮ ਮਰਨ ਕੱਟਿਆ ਜਾਵੇ ਸਭ ਤੋਂ ਪਹਿਲੇ ਉਹ ਇੱਕ ਕੰਮ ਕਰੇ ਆਪਣਾ ਹੰਕਾਰ ਭਰੇ ਕਰੇ ਰਾਮਦਾਸ ਸਤਿਗੁਰੂ ਉਚਾਰਾ ਪ੍ਰਥਮ ਤਜੋ ਮਨ ਉਹ ਹੰਕਾਰਾ ਆਪੋ ਸਤਿਗੁਰੂ ਸਭ ਤੋਂ ਪਹਿਲੀ ਗੱਲ
اے من دا ہنکار اینو چھڈ اے جڑا جواب دیتا جی مہاراج نے دو اوگن چھڈن نو کہ وڈے نہ وڈے لفظ کہاں دا دو وڈے اوگن چھڈن نو کہ ایک وڈا گن تارن کرن نو کہ مارا کہندے جڑا دو وڈے اوگن چھڈ دے ایک وڈا گن تارن کر لے خدا ادھار رام داس ستگرو اچارا پرتھم تجو من کو ہنکارا یہ پہلا اوگن آ گیا ہنکار چھڈ دے پھر کہندے گہ نمرتا آ وڈا گن تارن کر نمرتا دا گہنا پالا آخو سال گہ نمرتا تیاگو مت سر اپنے من دی مت تیاگ دے گہ نمرتا تیاگو مت سر کرو نہ نندا اوگن پرہر آخو سات مہا ہوں پرہر دے سارے ارتھ سمجھ پرے کرو نہ نندا اوگن پرہر ہوں یہ جتوں تک سوچ گئی ہے بھی دو اوگن وڈے بولے ہے ایک ہنکار ایک نندیا آخو سات مہا انہ دونوں پرے کر دے زندگی چ پرے کر دے جدی نندیا کرن تے بھی تیرا چت کرتا ہے من وچ اے تار لے جدن گرو رام دا جدن کلگیاں والے دی نظر ہو گئی پتہ نہیں او میرے تو اگے لنگ جے میں جتھے چڑھیا واں اتوں پھر ڈگ پاں ہو سکتا ہے کنٹرول ہو جائے یہ دو وڈے اوگن تیاگن سنگت جی داس گرو دی حضوری چ کہہ رہا جی یہ تھوڑا تھوڑا کر کے بھی ہومے نو چھڈ دیو نا تواڈے گھراں چ اینی شانتی ہو جائے گی آلے دوالے جنی شانتی ہو جائے گی کہ جنوں کہندے ہے نا آنند پیا میری ستگرو میں ارداس کرو ہے نکلتی تو اوکھی ہے یہ فیل نہ کرو مایا دی ہومے روپ دی ہومے گنی گیانی دی ہومیں یہ لوہے دیا جنجیر ہیں بابا نانک سنگھ جی کہتے یہ لوہے دیا جنجیر ہیں میں نیمی بڑا میرا امرت ویلا بڑا ہے کئی اری نام جپن دی کیرتن دی کتھا دی اپنی چنگی بندگی دی بھی ہومیں آ جان دی یہ سونے دیا جنجیر ہیں آنکھوں ساتھ اج گرو رام داس جی کا گرپرب جی اج پتا جی کہہ دیو مہاراج یہ چرنا چی رکھ نکلتی نہیں پر کرپا کر دیو غریب نواز رحمت ضروری ہے ضروری جتھے کوئی تواڈی زیادہ صفت کر دے تواڈے بچے دی زیادہ صفت کر دے ایک پاڑ جب جی صاحب ود کر کے ارداس کریا کرو میں تیرا جھاڑو دین والا ہی میں تیرا جھاڑو بچے رہاں گے نہیں تے ہوں وچ آیا ہوں وچ گیا ہوں وچ جمیا ہو کتے کتے نگیاں ٹوکاں دل کرتا رکھاں سما آ گیا جی چھ ایک مہینے کی گل ہے کسی پنڈ کی سٹیج سی کافی وڈی شخصیت دیوان لا کے میں باہر نکل رہا وہ کافی وڈی شخصیت سی
اسے پنڈ دے کول میں انہوں فتح بلائی کہ سرسری جی میں بندہ پوچھتا ہے میں کہ کی حال آپ جی ہوں وہ اگو جواب سی بڑی ڈلی جی فتح بڑی اولی جی میں کہ کی گل بہت ڈلی فتح بلائی جی میری تے طبیعت بہت اپسٹ ہے میری تے طبیعت بہت خراب ہے یہ تے پربندکاں نے مینوں 15 فون کیتے میں تاں آیا شروع ہو گیا آپ کو وہ جب شروع ہو گیا نا میرے اکھاں دے اگے بابا نند سنگھ دی تصویر آ گئی میں کہ شکر ہے بابا نند سنگھ سانو تہاڈے ورگیاں دی سنگت ہوئی ہے نہیں تے ویکھ لو تھوڑی طبیعت ڈھلی ہے تے سنگت چاہ اے بھی ہومے ہے میری طبیعت ٹھیک میں تاں وی آیا ہاں اینی اوکھی جی مار نکے نکے پوائنٹاں تے آ جاندی ہے سونے دے جی ہور جنجیر جنجیر ہی ہے سونے دی ہوے لوہے دی ہاتھ جگڑ دے اج ارداس کرو اسی ہر ویر وار دے سنگت کرن والے ہاں گرو رام داس تیرا بچن منیے او سات سکھاں نے پوچھیا ویکھو تسی نام ہی سنے ادھار کیویں ہووے گرو رام داس سچے پاتشاہ اتحاسک سورج پرکاش دیاں پنگتیاں رام داس ست گرو اچارا پرتھم تجو من کو ہنکارا آخو سا اینو مار پہلے ایک نگی جی طبیعت نہیں ٹھیک تاں وی چڑھ گئی چڑھ گئی دماغ وچ ویکھو بھائی مینوں تے 15 فون کیتے میں تاں آیا میں تے طبیعت ٹھیک نہیں تاں آیا ہوں آپ ہی سمجھ لو وہ حاضری لائے گا آخو سا وہ حاضری لاؤ گا حاضری تے اودی لگدی ہے جیڑا آ کے شکرانہ کرے میری طبیعت نہیں ٹھیک تو تاں وی ترس کیتا ہے مینوں سنگت دے درشن کرا دے آکھو سات حاضری تے اودی لگدی کئی تہاڈے چوں روز دربار صاحب جاندے کئی ہفتے دو واری جاندے کئی دن ہی جاندے جڑے دو واری یا تین واری جاندے میرے نال بھی دی میرے کو بھی روز دا کیرتنا دے رجینے کر پھر جے دن من چ ہوے نا تھوڑا پھر داس بھی سویرے ارداس کردا ہے گرو رام داس جی اج بد بنا دیو اج ترس کر لو اج بد بنا دیو تواڈے در دی چرن توڑی مل جائے اس طرح چلنا ਰੁਝੇਵੇਂ ਹੁੰਦੇ ਆ ਤਬੀਅਤ ਨਾ ਠੀਕ ਹੁੰਦੇ ਆ ਚਲੇ ਗਏ ਗੁਰੂ ਘਰ ਜੇ ਚੜ ਗਈ ਮੈਂ ਤਾਂ ਵੀ ਇੱਥੇ ਤੇ ਆਹ ਅਰਦਾਸ ਕਰਨੀ ਹੈ ਸਤਿਗੁਰੂ ਤੇਰਾ ਤਰਸ ਏ ਸ਼ੁਕਰ ਹੈ ਤੂੰ ਬਿੱਧ ਬਣਾਤੀ ਆਪਸ ਫਿਰ ਹਾਜ਼ਰੀ ਲੱਗੂ ਫਿਰ ਗੱਲ ਬਣੂ ਇਹਦੇ 'ਚ ਇੱਕ ਨਿੰਦਿਆ ਆ ਇੱਕ ਹੋਮੇ ਗੁਰੂ ਰਾਮਦਾਸ ਜੀ ਦਾ ਜਵਾਬ ਇਹ ਦੋ ਔਗਣ ਵੱਡੇ ਛੱਡ ਦੇ ਤੇ ਇੱਕ ਨਿਮਰਤਾ ਦਾ ਗਹਿਣਾ ਪਾਲਾ ਆਖੋ ਸਤਿਗੁਰੂ ਤੇਰਾ ਉਧਾਰ ਹੋ ਜਾਏ ਸੰਗਤ ਇਤਨਾ ਹੀ ਟਿਕਾਓ ਦੇਣਾ ਮੈਂ ਕੋਸ਼ਿਸ਼ ਕਰਦਾ ਦੂਜਾ ਸਵਾਲ ਇਹ ਸੱਤਾਂ ਸਿੱਖਾਂ ਨੇ ਦੂਜਾ ਸਵਾਲ ਕੀਤਾ ਸਤਿਗੁਰੂ ਸੰਗਤ ਕਰਨ ਬਾਰੇ ਸਮਤ ਬਖਸ਼ੋ ਜਿਹੜੀ ਸੰਗਤ ਕਰ ਰਹੇ ਹੋ ਸਾਡੇ ਸੰਗਤ ਕਰਨ ਬਾਰੇ ਸਮਤ ਬਖਸ਼ੋ ਤੇ ਗੁਰੂ ਰਾਮਦਾਸ ਜੀ ਵੇਖੋ ਅੱਜ ਇਹਨਾਂ ਦਾ ਆਗਮਨ ਦਿਨ ਨੇ ਕਿੱਡੀ ਸਿੱਧੀ ਸੜਕ ਹੈ ਗੁਰੂ ਰਾਮਦਾਸ ਜੀ ਸੰਗਤ ਕਰਨ ਦੀ ਸਮਤ ਦੇ ਰਹੇ ਜੀ ਫਿਰ ਤੀਜਾ ਸਵਾਲ 2 ਮਿੰਟ ਪਿਆਰ ਦੇ ਨਾਲ ਕਿਰਪਾ ਕਰਿਓ ਜੀ ਫੂਲੇ ਮਾਰਗ ਜਿਹਨੇ ਬਤਾਇਆ ਫੂਲੇ ਮਾਰਗ ਜਿਹਨੇ ਬਤਾਇਆ ਫੂਲੇ ऐसा गुरबट पाकी पाया हाँ हाँ
ست سنگت کو سمودائے یہ سوری پرکار دے بچن لے گیا ہے سکھانے گیا ہے سنگت کرن بارے سمت بخشو مارا ہی پتہ کی جواب دیتا جے ست سنگت کو سمودائے سمودائے سمجھ لینا ایسے لے سمودائے اکٹھ جتھے انج سنگت دا پیار جے ست سنگت کو سمودائے کتھا کیرتن کرے بنائے جتھے کتھا کیرتن ہو رہا ہوئے آپ کو ساتھ جین ست سنگت کو سمودائے کتھا کیرتن کرے بنائے تہاں جائے سندیا ہر پرانتے ہوں ڈونگی گل جی سمجھ لینا اپنا رجیواں اپنی روٹین آپ بنا لینا تہاں جائے سندیا ہر پرانتے سنگت کرن بارے سمت بخشو یہ پتا جی کا اشارہ جی جنہ کا گرپرو منا رہے ہو تہاں جائے سندیا اور پراتے سندیا سمجھ دو اے ویلا پراتے سمجھ دو امرت ویلا ایک اشارہ دیتا گرو رام داس جی نے سکھ نو جن مرضی رجیو ہون دو ویلے کا ست سنگ نہ چھڈ گج کے کہہ رہے ہو سات سکھ نو جن مرضی رجیو دو ویلے دا ست سنگ نہ چھڈے ہوں تھی ویوں تا پہ ویکھ لو یہ پانچ ہزار بندہ بیٹھا ہے دو ہزار بیٹھا بھی ست سنگ ہے سو بیٹھا بھی ست سنگ ہے دس بیٹھے بھی ست سنگ ہے ایک سکھ دو ساتھ سنگ بھائی گرو داس جی کہتے دو بیٹھے بھی ست سنگ ہے آخو ست سنگ جی تھی سی ڈی لا لی ہے اپنے پھر ابھیاس جڑ گئے ہو وہ بھی ستسنگ ہے یہ بابا نند سنگھ جی کا بچن جی بابا نند سنگھ جی کہندے جیڑا دو ویلے ستسنگ کرتا ہے وہ پاپا دا بیلنس نال نال دل ہوئی ہے بابا جی وہ کہ بابا جی کہتے جب گرو کا سکھ امرت ویلے گھنٹہ ڈیڑھ گھنٹہ جڑتا ہے وہ رات دے کیتے پاپ دھوتے جاتے جب گرو کا سکھ سندیا ویلے گھنٹہ ڈیڑھ گھنٹہ پونا گھنٹہ کچھ سما جڑتا ہے وہ دن دے کیتے پاپ دھوتے جاتے ہیں جہاں دونوں ویلے ستسنگ کرتا ہی نہیں وہ شریر روپی کپڑا اتنا میلا ہو جاتا ہے کہ کھنلی دھوتی اجلی نہ ہو گئی ایک دن یہو جا حال بن جاتا ہے وہ کپڑا اجل ہونا ہی اوکھا ہو جاتا ہے آخو ستنا تھی روز کپڑے اتار دھوتے ہو تو سوکھا ہی ہے کئی واری جڑے تھلی ویلر کاراں ٹرکاں دے پرجے پرجے کپڑے نال بہت کالے کپڑے میلے ایک دن وہ اینے میلے ہو جاندے کہ وہ دا پھر اجل ہون دا کام ہی بڑا اوکھا ہے آخو ستنا پھر کہتے نواں جنم ہی یہ گرو رام داس جی دا اشارہ دو ویلے ستسنگ ضرور کیویں بھی کر لو پر بجواں کرو بجواں یہ گسا نہ کرو یہ بولنا پہنتا اج کل ٹی وی دے فائدے بھی ہے ٹی وی دا بہت فائدہ گھر دھارمک پروگرام بھی آتے ہیں کئی وہ ستسنگ کرتے ہیں پر جڑا گھنٹہ ڈیڑھ بجواں دینا ہے نا وہ بجواں دو ہوں تھی ٹی وی کتھا لاتی ہے نہ تو سوئی چ روٹی پکا رہے ہو کام کر رہے ہو چنگی گل ہے کتنے کتنے کنا آواز پہنتی ہے پر انہوں کتنے اپنے ڈھائی گھنٹے ہی نہ گنے آخو ستنا اپنے ڈھائی گھنٹے ہی تا ہی گنے بھی جب تھی بالکل تیاگ کے پھر نال سمرن چل رہا ایک ایک اکھر کھیت روپی شریر چ پی رہا آخو ستنا
پھر ہوں وہ آلے دوالے دی روٹین تسی ویکھ لے کیویں ہے. ایک ہے کہ تہاں جائے سندھیا ار پراتے, دو ویلے سندھیا تے پراتے امرت ویلے ترو پریت. اگلی گل بڑی ڈونگی کہی ہے, ترو پریت کر مت کو راتے, سنگت اتنا کر دی تیری مت جیڑی نا اس ویلے اپنے گرو دے پیار وچ رتی جاوے. ترو پریت ستسنگ پریت نال کر, پریم نال کر, مدہ چٹی نہ کر. ترو پریت کر مت کو راتے, اپنی مت نو رتن دا یتن کر, رتن دا بانی دے ارتھاں جا. جے کوئی کتھا ہو رہی ہے نال اپنے آپ نو تول, میرے تے نہیں کوئی کمی, آکھو ساتھ نہ. ترو پریت کر مت کو راتے, اپنی مت نو رت. تے ہن یہ مہاراج نے انہوں نے پوچھا سی سنگت کرن بارے سماعت, تے مہاراج نے اے دتی. ہوں تیجا کوشچن کوشش کریں گے, دو منٹ جو جے وہ تھوڑے لیے بڑا ضروری جے, تھوڑے پنڈ گھر محلے چ پیار آ جائے گا. وہ تیجا پرشن میں حیران ہو گیا پرشن پڑھ کے. وہ ستاں سکھاں نے پہلا پرشن ادھار کیویں ہوئے, جر من کیویں کٹے جائے. دوجا پرشن ست سنگت کرن بارے سمت بخشو, کیویں کریے, کنا ٹائم. اور اے یاد رکھو سب تو اوکھا ویلا ہوندا جی جنگ دا میدان. کلگیاں والے نے چھویں پادشاہ نے جنگ دے میدان چ وی دو ویلے ستسنگ نال رکھیا. آکھو ستسنگ یہ تیاگ نہیں. ہوں تیجا کوشچن بڑا پیارا جی, یہ ستاں سکھاں نے تیجا کوشچن کیتا, سکھ سکھ نال کیویں ورتے. آکھو ستسنگ آ بڑا پیارا کوشچن ہے, کئی واری آپ چ جنگ شروع ہو جاندی. مہاراج سکھ سکھ نال کیویں ورتے آ سمت دیو. بہت پیارا سدگرو ویکو, گرو رام دا جی اصلی تہاڈا اج آگمن دہاڑا منایا جاؤ جی گرو دی گل کر. آؤ سکھ سکھ نال ورتے کیویں, اوہدا کی جواب دیتا مہاراج نے پیار دینا جی. ایسا چلے سنگت جی. گرو رام دس جی جواب دے رہے ہیں, اتہاسک باتاں سن رہے ہو. سورج پرکاش وچ جو جواب لکھے ہے, جے گھر آئے ہو سکھ نبھریے, جے گھر آئے ہو سکھ نبھریے, نج نج گھر تے سیوا کریے,
نج نج گھر تے سیوا کریے ہائے ہائے گج کے آکھو پہلا گھر کے پنڈ محلے نو جے گھر آئیو سکھ نے بھریے دوجا گھر کے تہاڈے سیمنٹ دے گھر نج نج گھر تے جڑا تینو نج گھر ہے تیرا رہن والا سیوا کریے भोजन बस्तर पाओ तर कीजे मानो बात ना फेरन कीजे देख लो गुरु ने किन्ना एक दूजे का सत्कार ओदी भोजन नाल सेवा कर बस्तरां नाल सेवा कर कोशिश कर ਉਹਦੀ ਜਿੰਨੀ ਗੱਲ ਮੰਨੀ ਜਾ ਸਕਦੀ ਮੰਨੀ ਜਾਵੇ ਆਖੋ ਸਾਧਨਾ ਸਿੱਖ ਤ੍ਰਿਪਤ ਤੇ ਇਹ ਛੇਵੇਂ ਪਾਤਸ਼ਾਹ ਦਾ ਜ਼ਿਕਰ ਵਿੱਚੋਂ ਗੱਲ ਆ ਗਈ ਸਿੱਖ ਤ੍ਰਿਪਤ ਤੇ ਮੈਂ ਤ੍ਰਿਪਤ ਆਇਓ ਸਿੱਖ ਮੇਂ ਮੇਰੋ ਰੂਪ ਸੁਹਾਇਓ ਆਖੋ ਸਾਧਨਾ ਇਹ ਪਹਿਲਾ ਜਵਾਬ ਜੀ ਭੋਜਨ ਨਾਲ ਬਸਤਰ ਨਾਲ ਸਿੱਖ ਦੀ ਪਿਆਰ ਨਾਲ ਸੇਵਾ ਤੇ ਦੂਜਾ ਜਵਾਬ ਮੈਨੂੰ ਬੜਾ ਅਪੀਲ ਕੀਤਾ ਜੀ ਕਿਸੇ ਸਿੱਖ ਦੀ ਧੀ ਦਾ ਵਿਆਹ ਹੈ ਕਿਸੇ ਸਿੱਖ ਦੀ ਬੇਟੀ ਦੀ ਪੜ੍ਹਾਈ ਦਾ ਖਰਚਾ 50,000 ਮੈਂ ਕਹਿੰਦਾ ਚੌਥੇ ਪਾਤਸ਼ਾਹ ਅੱਜ ਮੈਂ ਜਦੋਂ ਕੱਲ ਤੇ ਅੱਜ ਚੀਜ਼ ਪੜ੍ਹ ਰਿਹਾ ਸੀ ਮੇਰੀਆਂ ਅੱਖਾਂ ਆਪਣੀਆਂ ਖੁੱਲ ਗਈਆਂ ਆਖੋ ਸਾਧਨਾ ਵੀ ਜੇ ਕਿਸੇ ਸਿੱਖ ਦਾ ਕੋਈ ਵੱਡਾ ਕੰਮ ਹੈ ਉੱਥੇ ਅਸੀਂ ਸਾਰਿਆਂ ਨੇ ਕਿਵੇਂ ਚੱਲਣਾ ਕਿਵੇਂ ਤੁਰਨਾ ਆ ਧਿਆਨ ਦੇਣਾ ਜਰਾ ਬਸ ਸਮਾਪਤੀ ਆ ਜੇ ਸਿੱਖ ਕੋ ਹੋਏ ਕਾਜ ਵਡੇਰਾ ये सिख को होए काज बटेरा बिन धन सरे ना जो अस हेरा बिना धन तो सरदा ही नहीं हो काज ओदे धन दी लोड़ है जे सिख को होए काज बटेरा बिन धन सरे ना जो अस हेरा ਮਹਾਰਾਜ ਕਹਿੰਦੇ ਉੱਥੇ ਕੀ ਕਰਨਾ ਆਪਾਂ ਸਿੱਖ ਦਾ ਕੰਮ ਵੱਡਾ ਹੈ ਉਹਦੀ ਕੁੜੀ ਦੇ ਵਿਆਹ ਤੇ ਲੱਖ ਡੇਢ ਲੱਖ ਲੱਗਣਾ ਹੈ ਨਜ਼ਰ ਆ ਰਿਹਾ ਸਾਹਮਣੇ ਨਹੀਂ ਸਮਰੱਥਾ ਉਹ ਕੰਮ ਧੰਨ ਨਾਲ ਹੀ ਹੋਣਾ ਹੈ ਸਿੱਖੋ ਨਹੀਂ ਸਮਰੱਥਾ ਸੱਚਾਈ ਹੈ ਬੱਚੀ ਦਾ ਦਾਖਲਾ ਹੈ ਇੰਜੀਨੀਅਰ ਜਾਂ ਇਸ ਤਰ੍ਹਾਂ ਦੀ ਪੜ੍ਹਾਈ ਹੈ ਲੱਗਣਾ ਉਹਦੇ ਤੇ ਕੁਝ 50,000 ਲੱਖ ਲੱਗਣਾ ਹੈ ਜੇ ਸਿੱਖ ਕੋ ਹੋਏ ਕਾਜ ਵਡੇਰਾ ਵੱਡਾ ਕੰਮ ਹੈ ਬਿਨ ਧਨ ਸਰੇ ਨਾ ਜੋ ਅਸਹੇਰਾ ਸਭ ਮਿਲ ਕਰ ਉਚਰੋ ਅਰਦਾਸ ਆਖੇ ਤੇ ਨਫ਼ਰਤ ਸਿਖਾਈ ਹੈ ਸਭ ਮਿਲ ਕਰ ਉਚਰੋ ਅਰਦਾਸ ਸਭ ਮਿਲ ਕਰ ਉਚਰੋ ਅਰਦਾਸ ਸਭ ਤੇ ਇੱਕ ਫਲ ਕਰ ਨਿਜ ਪਾਸ ਸਿੱਖ ਕੋ ਕਾਰਜ ਦੀਜੇ ਸਾਰ ਮਹਾਰਾਜ ਕਹਿੰਦੇ ਜੇ ਕਿਸੇ ਸਿੱਖ ਦਾ ਕੰਮ ਵੱਡਾ ਹੈ ਕੁੜੀ ਦਾ ਵਿਆਹ ਹੈ ਕੋਈ ਪੜ੍ਹਾਈ ਜਾਂ ਕੋਈ ਇਸ ਤਰ੍ਹਾਂ ਦਾ ਕਾਰਜ ਤੁਸੀਂ ਸਾਰੇ ਥੋੜੇ ਥੋੜੇ ਪਾ ਕੇ ਇਕੱਠੇ ਕਰਕੇ ਉਹਦਾ ਕਾਰਜ ਸਵਾਰ ਦਿਓ ਗੁਰੂ ਤੁਹਾਨੂੰ ਸਾਰੇ ਸੁੱਖ ਝੋਲੀ ਚ ਪਾਏ ਆਖੋ ਸਾਧਨਾ ਸਾਰੇ ਇਕੱਠੇ ਹੋ ਕੇ ਉਹਦਾ ਥੋੜਾ ਥੋੜਾ ਇਕੱਠੇ ਕਰਕੇ ਪਿਆਰ ਉਹ ਕਾਰਜ ਉਹ ਸਮਾਂ ਲੰਘਾ ਸਭ ਤੇ ਇੱਕ ਫਲ ਕਰ ਨਿਜ ਪਾਸ ਜੋ ਤੇਰੇ ਪਾਸ ਥੋੜਾ ਥੋੜਾ ਹੈ ਉਹ ਸਾਰੇ ਇਕੱਠੇ ਕਰਕੇ ਉਹਦੇ ਕਾਰਜ ਤੇ ਆਪਾਂ ਪੰਜਾਬੀਆਂ ਨੂੰ ਇਹ ਚੀਜ਼ ਦੀ ਅਜੇ ਘੱਟ ਕਦਰ ਹੈ
ਕਈ ਵਾਰੀ ਜਦੋਂ ਮੈਨੂੰ ਆਸਟ੍ਰੇਲੀਆ ਤੋਂ ਫੋਨ ਆਉਂਦੇ ਆ ਅਮਰੀਕਾ ਤੋਂ ਆਉਂਦੇ ਆ ਇੰਗਲੈਂਡ ਤੋਂ ਉਹ ਫਿਰ ਕਈ ਵਾਰੀ ਫੋਨ ਤੇ ਕਹਿੰਦੇ ਆ ਅਸੀਂ ਇੱਕ ਬੱਚੇ ਦੀ ਪੜ੍ਹਾਈ ਦਾ ਖਰਚਾ ਜੀ ਚੱਕਣਾ ਚਾਹੁੰਦੇ ਹਾਂ ਕੋਈ ਵਾਕੇ ਲੋੜਵੰਦ ਹੋਵੇ ਦੱਸਣਾ ਕਰੋ ਤੇ ਫਿਰ ਪਹਿਲੇ ਤਾਂ ਮੈਂ ਇੰਨਾ ਗੌਰ ਨਹੀਂ ਕਰਦਾ ਕਿਹੜਾ ਯਾਰ ਬੱਚਾ ਲੱਭੇ ਕਿਹੜਾ ਉੱਥੇ ਲੱਭੇ ਕਿਹੜਾ ਕਿਵੇਂ ਤੇ ਜਦੋਂ ਦਾ ਮੈਂ ਇਹ ਪੜ੍ਹਿਆ ਤੇ ਮੈਂ ਕਿਹਾ ਗੁਰੂ ਰਾਮਦਾਸ ਜੀ ਨੇ ਕੰਨ ਖਿੱਚ ਕੇ ਸਮਝਾ ਦਿੱਤਾ ਇਹ ਵੀ ਨਾਮ ਹੀ ਹੈ ਇਹ ਵੀ ਤੇਰੀ ਭਗਤੀ ਹੋਈ ਹੈ ਔਰ ਬਾਹਰ ਦੇ ਲੋਕ ਬਹੁਤ ਸਿਆਣੇ ਜੇ ਕਿਸੇ ਨੇ ਕਿਹਾ ਮੇਰੀ ਬੱਚੇ ਦੀ ਪੜ੍ਹਾਈ ਦਾ 75,000 ਖਰਚਾ ਸਾਲ ਦਾ ਲੱਖ ਖਰਚਾ ਉਹ ਕਹਿੰਦੇ ਇੱਕ ਬੱਚੇ ਨੂੰ ਅਸੀਂ ਲੈ ਸਕਦੇ ਹਾਂ ਅਸੀਂ ਦੋਵਾਂ ਨੂੰ ਮਿਲਾ ਦਿੰਦੇ ਹਾਂ ਉਹ ਬਾਹਰ ਵਾਲੇ ਲੋਕ ਉਹਨੂੰ ਨਕਦ ਨਹੀਂ ਦਿੰਦੇ ਸਿੱਧਾ ਬੱਚੀ ਜਿੱਥੇ ਪੜ੍ਹਦੀ ਹੈ ਉਹਦੇ ਕਾਲਜ ਹਰ ਮਹੀਨੇ ਭੇਜਦੇ ਜਾਂ ਕੋਈ ਇਸ ਤਰ੍ਹਾਂ ਕਰਦੇ ਆ ਵੀ ਕੰਮ ਪੱਕਾ ਵੀ ਰਵੇ ਤੇ ਉਹ ਵੀ ਹੋ ਜੇ ਅੱਜ ਤੇ ਕੱਲ੍ਹ ਜਦੋਂ ਮੈਂ ਪੜ੍ਹਦਾ ਪਿਆ ਸਾਂ ਗੁਰੂ ਰਾਮਦਾਸ ਤੇ ਮੈਂ ਫਿਰ ਆਖਿਆ ਸਤਿਗੁਰੂ ਅਨੇਕਾਂ ਤੇਰੀਆਂ ਬਾਹਰ ਦੀਆਂ ਸੰਗਤਾਂ ਤੇ ਇੰਨੀ ਕਿਰਪਾ ਕਿ ਤੇਰੀ ਗੱਲ ਨੂੰ ਸਮਝਿਆ ਪਰ ਸਾਨੂੰ ਅੱਜ ਇਹ ਪ੍ਰਕਰਣ ਚੱਲਿਆ ਤੇ ਤੇਰੀ ਗੱਲ ਬੁੱਧੀ ਚ ਪੈ ਰਹੀ ਆਖੋ ਸਤਿਨਾਮ ਜੇ ਸਿੱਖ ਕੋ ਹੋਏ ਕਾਜ ਵਡੇਰਾ ਵੱਡਾ ਕੰਮ ਹੋਵੇ ਬਿਨ ਧਨ ਸਰੇ ਨਾ ਜੋ ਅਸਹੇਰਾ ਉਹ ਬਿਨਾਂ ਧਨ ਤੋਂ ਨਹੀਂ ਸਰਦਾ ਸਭ ਮਿਲ ਕਰ ਉਚਰੋਂ ਅਰਦਾਸ ਸਭ ਤੇ ਇੱਕ ਥਲ ਕਰ ਨਿਜ ਪਾਸ ਸਿੱਖ ਕੋ ਕਾਰਜ ਇਹ ਗੁਰੂ ਰਾਮਦਾਸ ਕਹਿ ਰਹੇ ਜੇ ਇਤਿਹਾਸ ਹੈ ਸੂਰਜ ਪ੍ਰਕਾਸ਼ ਦਾ ਸਿੱਖ ਕੋ ਕਾਰਜ ਦੀਜੇ ਸਾਰ ਉਹਦਾ ਕਾਰਜ ਸਵਾਰ ਦੇ ਤੈਨੂੰ ਕੀ ਮਿਲੇਗਾ ਸਿੱਖ ਕੋ ਕਾਰਜ ਦੀਜੇ ਸਾਰ ਤਬ ਪ੍ਰਾਪਤ ਤੁਮਕੋ ਸੁਖ ਸਾਰ ਐਸਾ ਗੁਰਮਤਿ ਭਾਗੀ ਮਾਇਆ ਜਵਾਬ ਦਿੱਤੇ ਮਹਾਰਾਜ ਨੇ ਸਿੱਖ ਸਿੱਖ ਨਾਲ ਕਿਵੇਂ ਵਰਤੇ ਦੋ ਜਵਾਬ ਤੁਸੀਂ ਸੁਣ ਲਏ ਸਿੱਖ ਦੀ ਭੋਜਨ ਵਸਤਰ ਨਾਲ ਸੇਵਾ ਪਿਆਰ ਦੂਜਾ ਤੁਸੀਂ ਸੁਣ ਲਿਆ ਵੀ ਕੋਈ ਸਿੱਖ ਦਾ ਵੱਡਾ ਕਾਰਜ ਹੋਵੇ ਰਲ ਕੇ ਕਰ ਦਿਓ ਗੁਰੂ ਰਾਮਦਾਸ ਕਹਿੰਦੇ ਮੇਰੇ ਵੱਲੋਂ ਤੈਨੂੰ ਸਾਰੇ ਸੁੱਖ ਮਿਲਣੇ ਸਿੱਖ ਕੋ ਕਾਰਜ ਦੀਜੇ ਸਾਰ ਤਾਂ ਪ੍ਰਾਪਤ ਤੁਮਕੋ ਸੁੱਖ ਸਾਰ ਪੰਗਤੀਆਂ ਹੁਣ ਜਿਹੜੀ ਤੀਜੀ ਗੱਲ ਕਹੀ ਹੈ ਵੈਸੇ ਤੇ ਉਹ ਕੋਈ ਬਿਰਲਾ ਬਿਰਲਾ ਹੀ ਉਹਦੇ 'ਚ ਆਏਗਾ ਪਰ ਮੈਂ ਬੋਲ ਦਿੰਦਾ ਗੁਰੂ ਰਾਮਦਾਸ ਜੀ ਨੂੰ ਪੁੱਛਿਆ ਸਿੱਖ ਕਿਵੇਂ ਵਰਤੇ ਸਿੱਖਾਂ ਨਾਲ ਤੇ ਤੀਜੀ ਗੱਲ ਕੀ ਕਹੀ ਜਿਸ ਮੈਂ ਯਥਾ ਸ਼ਕਤ ਹੋਏ ਆਵੇ ਸੁਣਿਓ ਬਈ ਜਿਹਨੂੰ ਰੱਬ ਨੇ ਯਥਾ ਸ਼ਕਤੀ ਦਿੱਤੀ ਹੋਈ ਹੈ ਜ਼ਿਆਦਾ ਆ ਸਰਦਾਰ ਪਗੜੀ ਅਸਲੇ ਸੁਣ ਲਿਓ ਤੁਹਾਨੂੰ ਵੀ ਸ਼ਕਤੀ ਦਿੱਤੀ ਮਹਾਰਾਜ ਨੇ ਮਾਇਆ ਵੱਲੋਂ ਤਾਰਿੰਦਰ ਸਿੰਘ ਬੈਠੇ ਹੋਏ ਆ ਜਿਸ ਮੈਂ ਹੋਰ ਵੀ ਬੈਠੇ ਆ ਬੜੇ ਜਿਸ ਮੈਂ ਯਥਾ ਸ਼ਕਤ ਹੋਏ ਆਵੇ ਜਿਹਨੂੰ ਵਾਹਿਗੁਰੂ ਨੇ ਸ਼ਕਤੀ ਦਿੱਤੀ ਜ਼ਿਆਦਾ ਧਰਮ ਸਾਲ ਆਪੇ ਬਣਾਵੇ ਆਪੋ ਸਾਥ ਦੇਖੋ ਚੌਥੇ ਪਾਤਸ਼ਾਹ ਕਹਿ ਰਹੇ ਆ ਜਿਸ ਮੈਂ ਯਥਾ ਸ਼ਕਤ ਹੋਏ ਆਵੇ ਧਰਮ ਸਾਲ ਆਪੇ ਬਣਾਵੇ ਤਿਸ ਨੇ ਰਾਖੇ ਸਿੱਖ ਟਿਕਾਏ ਆਪੋ ਸਾਧਨ ਤਿਸ ਨੇ ਰਾਖੇ ਸਿੱਖ ਟਿਕਾਏ ਪੰਥੀ ਕੋ ਭੋਜਨ ਮਿਲ ਜਾਏ ਆਪੋ ਸਾਧਨ ਪੰਥੀ ਯਾਤਰੂ ਅੱਜ ਸਾਡੇ ਗੁਰੂ ਰਾਮਦਾਸ ਇਹ ਸਾਰੀ ਸੰਗਤ ਪੰਜ ਵਾਰੀ ਵਾਹਿਗੁਰੂ ਕਹਿ ਕੇ ਸ਼ੁਕਰਾਨਾ ਕਰੋ ਮੈਂ ਪੜ੍ਹ ਰਿਹਾ ਸਾਂ ਨਾ ਤੇ ਮੇਰਾ ਸਿਰ ਤੁਹਾਡੇ ਚਰਨਾਂ ਦੇ ਝੁੱਕ ਰਿਹਾ ਸੀ ਜਿਹੜਾ ਤੁਸੀਂ ਕਿਣਕਾ ਕਿਣਕਾ ਦੇ ਕੇ ਸਰਾਵਾਂ ਬਣਵਾਈਆਂ ਇਹ ਧਰਮਸਾਲ ਹੀ ਹੈ ਸਰਾਂ ਧਰਮਸਾਲ ਹੈ ਬਾਬੇ ਨੇ ਕਿਹਾ ਨਾ ਤਿਸ ਮੈਂ ਰਾਖੇ ਸਿੱਖ ਟਿਕਾਏ ਜਿਹੜੀ ਤੁਸੀਂ ਵਾਜੇ ਤੇ ਕੁਝ ਪਿਆਰ ਉਹ ਸਰਾਵਾਂ ਚ ਕੌਣ ਟਿਕਦਾ ਸਿੱਖ ਸੰਗਤਾਂ